मेरी भैन है ना तू, चुप रोना नहीं। अज दिवाली है, लोहड़ी है ना, बेचारा है ना हो जाना बेचारी कली कर रही है। होर भैन किदा? ठीक ठाक वधिया। किदा जवाक? ठीक ठाक। किदा ये वीर भैन है? बापू अंदर होर बापू असी काल ठीक ठाक थे ता ਹੋਰ ਸੁਣਾਓ? ਸ਼ੁਕਰ ਹੈ। ਸਤਿ ਸ੍ਰੀ ਅਕਾਲ ਭੈਣ, ਠੀਕ ਠਾਕ? ਵਧੀਆ ਵਧੀਆ ਵਧੀਆ, ਤੂੰ ਸੁਣਾ? ਹਾਂ, ਇਹ ਇਹਨਾਂ ਦੇ ਸਹੁਰਾ ਸਾਹਿਬ ਆ, ਡਾਂਗ ਨਾਲ ਤੁਰਦੇ ਬਜ਼ੁਰਗ ਵਿਚਾਰੇ ਝੋਲੇ ਪੈਣ ਵਾਲੇ। ਆ ਇੱਕ ਕਮਰਾ ਜਿਹਾ ਵੇਖੋ ਹੈ ਨਾ, ਇਹ ਵੀ ਵਿਚਾਰਾ ਬੱਲੀਆਂ 'ਤੇ ਲੱਗਾ, ਜਿਹਦੇ ਸਾਰੇ ਵਿਚਾਰੀ ਮਾੜਾ ਮੋਟਾ ਵਿਚਾਰੀ ਰਹਿੰਦੀ ਆ। ਝੂਠ ਮਾਰਨ ਵਾਲੀ ਗੱਲ ਵੀਰ ਜੀ, ਅੱਜ ਤੋਂ ਨਾ 2-3 ਮਹੀਨੇ ਮੈਂ ਪਹਿਲਾਂ ਆਇਆ, ਇਹਨੇ ਨਾ ਵਿਚਾਰੇ ਨੇ ਰੋ ਰੋ ਕੇ ਮੈਨੂੰ ਫੋਨ ਲਾਇਆ, ਠੀਕ ਹੈ ਜੀ। ਹਾਂ ਚਲੋ ਧੰਨਵਾਦ ਇਹਨਾਂ। ਹਾਂਜੀ, ਇੱਕ ਤੁਹਾਨੂੰ ਮੈਂ ਫਰਿਆਦ ਕਰਨੀ ਆ। ਦੱਸੋ ਜੀ, ਹੁਕਮ ਕਰੋ। ਕੋਈ ਹੁਕਮ ਇਸ ਤਰ੍ਹਾਂ ਵੀ, ਉਹ ਤਾਂ ਨਾ ਕੋਈ ਧੀ ਤੇ ਨਾ ਕੋਈ ਪੁੱਤ, ਇੱਕ ਮੁੰਡਾ ਤੇ ਉਹ ਵੀ ਮਰ ਗਿਆ, ਤੇ ਗਾਰਡ ਦੇ ਬਿਨਾਂ ਕੋਈ ਨਹੀਂ, ਤੇ ਬਜ਼ੁਰਗ ਆ ਵਿਚਾਰੀ। ਕਿਹੜੀ ਜਗ੍ਹਾ ਤੋਂ? ਇੱਥੇ ਹੀ ਅਲੀਪੁਰ ਤੋਂ। ਹਾਂ, ਸਾਡੀ ਭੈਣ ਹੀ ਆ, ਸਾਡੇ ਚਾਚੇ ਤਾਏ ਦੀ ਕੁੜੀ ਆ, ਤੇ ਉਹਨੂੰ ਕੋਈ ਸਹਾਰਾ ਨਹੀਂਗਾ, ਉਹਦਾ ਕੋਈ ਅੱਗਾ ਪਿੱਛਾ ਨਹੀਂਗਾ। ਪੈਸੇ ਨਾਲ ਨੀ ਗੱਲ ਬਣੀ, ਨਾ ਸੋਚਣਾ ਤੂੰ ਉਹਨੂੰ ਇੱਥੇ ਲੈ ਆਈ ਆਪਦੇ ਕੋਲ, ਸੱਸ ਬਣਾ ਕੇ ਜਿਹੜਾ ਖਰਚਾ ਬਣੀ ਆਪਾਂ। ਕਮਰਾ ਢਾ ਲੈਣਾ, ਹਜੇ ਤੇ ਫਿਲਹਾਲ ਆਪਣੇ ਕੋਲ ਇੱਕ ਕਮਰੇ ਜੋਗੀ ਗੁਜਾਇਸ਼ ਹੈਗੀ, ਠੀਕ ਆ। ਆਹ ਵੀ ਕਮਰਾ ਢਾ ਲੈਣਾ, ਜਿਹੜਾ ਇੱਥੋਂ ਪਰਲਾ ਉਹ ਵੀ ਢਾ ਲੈਣਾ, ਇੱਥੇ ਆਹ ਕਮਰਾ ਇੱਥੇ ਬਣਾ ਲਾਂਗੇ ਆਪਾਂ, ਹਨਾ। ਜੇ ਬਾਬੇ ਦੀ ਮਿਹਰ ਹੋਈ, ਗੁਜਾਇਸ਼ ਨਿਕਲ ਆਈ, ਇੱਕ ਕਮਰਾ ਫਿਰ ਇੱਥੇ ਬਣਾ ਲਾਂਗੇ। ਆਹ ਥੋੜਾ ਸੈੱਟ ਵਾ, ਤੁਹਾਨੂੰ ਦਿਖਾਉਂਦਾ, ਉਹ ਰਹਿਣ ਦਾਂਗੇ। ਤੇ ਮੈਂ ਤੁਹਾਨੂੰ ਗੱਲ ਦੱਸਣ ਡਿਆ, 2 ਕੁ ਮਹੀਨੇ ਦੀ ਗੱਲ ਆ। ਵੈਸੇ ਸੌਦਾ ਆਪਣਾ ਚੱਲਦਾ ਭੈਣ ਦਾ, ਪਰ ਕਈ ਵਾਰੀ ਨਾ ਸੇਵਾ ਦਾ ਕਰਕੇ ਕਈ ਵਾਰ ਅੱਗਾ ਪਿੱਛਾ ਹੋ ਜਾਂਦਾ। ਰੋ ਰੋ ਕੇ ਫੋਨ ਲਾਇਆ, ਘਰੇ ਮੈਂ ਆਇਆ, ਫਿਰ ਕਿਸੇ ਡੱਬੇ ਦੇ ਵਿੱਚ ਨਾ ਕੁਝ ਵੀ ਨਹੀਂ ਸੀ ਹੈਗਾ। ਰੱਬ ਨੂੰ ਜਾਣਦੇ ਨਹੀਂ, ਲੋਹੜੀ ਦਾ ਦੇਣਾ ਜਿਵੇਂ ਝੂਠ ਮਾਰਾ ਤੇ, ਵੀ ਇਹੋ ਜਿਹੇ ਵਿਚਾਰੀ ਤੇ ਹਾਲਾਤ ਸੀ। ਪੇਕਿਆਂ ਦੀ ਵੀ ਥੋੜੀ ਬੜੀ ਸੇਵਾ ਜਾਂਦੀ ਹੈ, ਪੇਕਿਆਂ 'ਚ ਵੀ ਇਕੱਲਾ ਖੜਾ ਸੀ ਭਰਾ, ਜਿਵੇਂ ਤੁਹਾਨੂੰ ਦੱਸਿਆ ਵੀਡੀਓ 'ਚ, ਬੜਾ ਔਖਾ। ਲੋਹੜੀ ਵਾਲੇ ਦਿਨ ਆਇਆ ਮੈਂ ਪਿਛਲੇ ਸਾਲ, ਲੋਹੜੀ ਵਾਲੇ ਦਿਨ, ਅੱਜ ਦੇ ਦਿਨ ਲੋਹੜੀ ਵਾਹ ਵਾਹ ਪਰਿਵਾਰਾਂ 'ਚ ਵੰਡਣੀ ਸੀ, ਅਤੇ ਮੈਂ ਇੱਥੇ ਆਇਆ ਲੇਟ ਥੋੜ੍ਹਾ ਜਿਹਾ, ਸ਼ਾਮ ਦਾ 6-7 ਵਜੇ ਦਾ ਟਾਈਮ ਹੋਣਾ। ਇਹੋ ਬਾਪੂ ਇੰਨੇ ਕੁ ਲਿਫਾਫੇ 'ਚ ਲੈ ਕੇ ਆਇਆ ਕਿਸੇ ਦੇ ਘਰੋਂ ਮੁਫਲੀਆਂ, ਉੱਧਰੋਂ ਮੈਂ ਆ ਗਿਆ, ਅਤੇ ਮੈਂ ਬਾਪੂ ਕਿੱਥੋਂ ਆਇਆ? ਕਹਿੰਦਾ ਪੁੱਤ ਮੈਂ ਕਿਸੇ ਦੇ ਘਰੋਂ ਲੋਹੜੀ ਮੰਗ ਕੇ ਆਇਆ, ਕਿ ਮੇਰੀਆਂ ਪੋਤਰੀਆਂ ਵਾ, ਚੱਲ ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਖਾਣ ਨੂੰ ਦੇ ਦਿੰਦਾ, ਅਤੇ ਵੀਰ ਜੀ ਇੰਨੀ ਕੁ ਮੁਫਲੀ ਹੋਣੀ, ਵੱਧ ਤੋਂ 10-15 ਰੁਪਈਆਂ ਦੀ ਹੋਣੀ, ਅਤੇ ਰੋਣ ਨਿਕਲਣ ਡਿਆ ਵੇਖ ਕੇ ਯਾਰ, ਵੀ ਆਪਾਂ ਰੱਬ ਨੂੰ ਕੋਸਦੇ ਰਹਿੰਦੇ ਹਾਂ, ਹੈ ਨਾ। ਇਹ ਭੈਣ ਵੀਰ ਆਏ ਆ ਸੰਗਮਾਂ ਤੋਂ ਆਏ ਆ ਵੀਰ, ਹਾਂ ਇਹਨਾਂ ਨੇ ਕੀ ਗੱਲ ਹੋਈ ਆ? ਹੁਣ ਕਾ ਤੋਂ ਰੋਣੀ, ਹੁਣ ਤੇ ਤੇਰੇ ਇੰਨੇ ਭਰਾ ਤੇਰੇ ਆਏ, ਵੀਰ ਆਏ ਆ। ਇੱਕ ਮਿੰਟ, ਕੀ ਨਾਮ ਵੀਰ ਜੀ? ਇਟਲੀ ਵਾਲੀ ਵੀਰ ਜੀ ਦਾ ਕਿਹੜਾ? ਹਰਜੀਤ ਸਿੰਘ। ਤੁਹਾਡਾ? ਮੰਗਾ ਵੀਰ। ਹਰਪ੍ਰੀਤ ਖਾਲਸਾ। ਹਰਪ੍ਰੀਤ ਸਿੰਘ ਖਾਲਸਾ, ਹੈ ਨਾ। ਹਰਜੀਤ, ਹਰਜੀਤ ਮੰਗਾ ਤੇ ਹਰਪ੍ਰੀਤ ਵੀਰ। ਪਰ ਇਹ ਜਿਹੜੀ ਸੇਵਾ ਹੈ ਆਪਣੇ ਵੀਰ ਆ ਸਿੰਗਾਪੁਰ, ਹਾਂਜੀ, ਆਪਣੇ ਪਿੰਡ ਦੇ ਕੁਝ ਕੋਲ ਲਾਗੂ ਮੰਨੇ ਦੇ ਆਪਣੇ ਸਰਵਨ ਹੋਣੀ, ਜਿੱਦਾਂ ਸਰਵਨ ਡਰਾਈਵਰ, ਉਹਨਾਂ ਨੇ ਮਤਲਬ ਰਲ ਕੇ ਮਾਇਆ ਭੇਜੀ ਸੀ ਵਾਈ। ਹਾਂਜੀ ਹਾਂਜੀ ਹਾਂਜੀ। ਭੈਣ ਇੱਕ ਮੈਨੂੰ ਕਾਪੀ ਨਹੀਂ, ਮੈਂ ਸਾਰੇ ਨਹੀਂ ਜਾਂਦਾ, ਕਿਉਂਕਿ ਉਹਨਾਂ ਨੇ ਨਾ ਇੱਕ ਵੀਡੀਓ ਨਾਲ ਕੀ ਹੁੰਦਾ ਵਾ ਕਿ ਜਿਨ੍ਹਾਂ ਨੇ ਸੇਵਾ ਭੇਜੀ ਆ ਉਹਨਾਂ ਕੋਲ ਇੱਕ ਵੀਡੀਓ ਚੱਲ ਜਾਏ, ਤਾਂ ਉਹਨਾਂ ਨੂੰ ਇੱਕ ਪ੍ਰੂਫ ਵੀ ਹੋ ਜਾਂਦਾ ਕਿ ਵਾਕਿਆ ਪਹੁੰਚ ਗਿਆ, ਅਤੇ ਜੇ ਕਈ ਵਾਰੀ ਕਿਸੇ ਦਾ ਨਾਂ ਨਾ ਬੋਲਿਆ ਜਾਵੇ ਯਾਰ, ਅਗਲਾ ਕਹਿ ਦਿੰਦਾ, ਹੈ ਨਾ, ਕਈ ਵਾਰ ਨੂੰ ਹੁੰਦਾ ਵਾ ਕਿ ਚਲੋ ਹਾਂ ਉਹ ਸਾਨੂੰ ਵੀਡੀਓ, ਤੁਸੀਂ ਜਿਹੜੇ ਨਾਂ ਬੋਲਣੀ ਆ, ਹਾਂ ਸਾਨੂੰ ਮੈਂ ਭੇਜ ਦੂੰ ਤੁਹਾਨੂੰ, ਸੈਂਡ ਕਰ ਦਾਂਗਾ। ਹਾਂ ਮੈਂ ਭੇਜ ਦੂੰ, ਹਾਂ ਵੀ ਤੁਹਾਡੀ ਇੱਕ ਮਾਨ ਤੋਂ ਆਪੇ ਅੱਗੇ ਪਹੁੰਚ ਗਈ। ਸ਼ਹੀਦੀ ਸਮਾਗਮ ਛੋਟੇ ਸਾਹਿਬਜ਼ਾਦਿਆਂ ਦਾ, ਹਾਂਜੀ, 24-25-26 ਦਸੰਬਰ ਦਾ, ਹਾਂਜੀ, ਉਹਦੇ ਵਿੱਚ ਸਾਡੇ ਨਾਲ ਨਾ ਹਰੇਕ ਕੰਟਰੀ ਦਾ ਵੀਰ ਆਡ ਨਾਲ ਐਡ ਹੋਇਆ। ਹਾਂ ਸ਼ਹੀਦੀ ਸਮਾਗਮ, ਸ਼ਹੀਦੀ ਜੋੜ ਮੇਲੇ ਤਾਂ ਦੀ ਸ਼ੋਭਾ ਦਿੰਦੇ ਆ, ਜੇਕਰ ਆਪਾਂ ਇਹੋ ਜਿਹੀਆਂ ਭੈਣਾਂ ਦੇ, ਲੋੜਵੰਦ ਭੈਣਾਂ ਦੇ ਆਪਾਂ ਜੇ ਭਰਾ ਬਣੀਏ ਤਾਂ,
ਠੀਕ ਹੈ ਜੀ, ਕਿਉਂਕਿ ਇੱਕ ਪਾਸੇ ਪਕੌੜਿਆਂ ਦਾ ਲੰਗਰ ਲੱਗਾ ਹੋਵੇ ਅਤੇ ਦੂਜੇ ਪਾਸੇ ਵਿਚਾਰੀ ਘਰੇ ਕਿਸੇ ਦੇ ਘਰੇ ਆਟਾ ਬਣਾਵੇ। ਉਹ ਬਾਬਾ ਨਾਨਕ ਸਿੰਘ ਜੀ ਦਾ ਨਾ ਫਰਮਾਨ ਸੀ ਇੱਕ ਕਿ ਤੁਹਾਡਾ ਗੁਰਦੁਆਰੇ ਆਟੇ ਚੜ੍ਹਾਏ ਦਾ ਬੋਰੀ ਚੜ੍ਹਾਏ ਦਾ ਕੋਈ ਫਾਇਦਾ ਨਹੀਂ ਜੇਕਰ ਤੁਹਾਡਾ ਗੁਆਂਢੀ ਭੁੱਖਾ ਮਰ ਲਿਆ ਸੀ। ਬਾਬੇ ਨਾਨਕ ਸਿੰਘ ਜੀ ਹਾਂ ਦੇ ਦਿਓ ਚਲੋ ਬਾਬਾ ਮਿਹਰ ਕਰੇ। ਹਾਂ ਹਰਜੀਤ ਵੀਰ, ਮੰਗਾ ਵੀਰ ਤੇ ਹਰਪ੍ਰੀਤ ਵੀਰ, ਹਰਜੀਤ ਸਿੰਘ ਨਾ ਵੈਸਟਰਨ ਯੂਨੀਅਨ ਵਾਲਿਆਂ ਨੇ ਕੱਟ ਲਏ। ਹਾਂਜੀ ਤੇ 33,710 ਰੁਪਏ। ਹਾਂਜੀ ਵੀਰ ਮੇਰੇ, ਜਿਵੇਂ ਤੁਸੀਂ ਆ ਭੈਣ ਦੇਖ ਰਹੇ ਜੇ, ਵਿਚਾਰੀ ਹੁਣ ਵੀ ਇਮੋਸ਼ਨਲ ਹੋ ਗਈ ਆ ਕਿਉਂਕਿ ਭੈਣ ਦਾ ਸਿਰ ਦਾ ਸਾਈ ਸੀਗਾ ਉਹ ਵੀ ਤੁਰ ਗਿਆ, ਅਤੇ ਅਗਲੇ ਦਿਨ ਹੀ ਭੈਣ ਦਾ ਜਿਹੜਾ ਭਰਾ ਸੀਗਾ ਉਹ ਵੀ ਇਸ ਜਹਾਨ ਤੋਂ ਤੁਰ ਗਿਆ, ਅਤੇ ਇੰਨੀ ਵਿਚਾਰੀ ਦੁੱਖਾਂ ਦੀ ਵਿਚਾਰੀ ਮਾਰੀ ਸੀਗੀ ਕਿ ਦੋਵੇਂ ਇਕੱਲੇ ਘਰੇ ਸੀ, ਭਰਾ ਵੀ ਮਾਪਿਆਂ ਦਾ ਇਕੱਲਾ ਘਰਾ ਪੁੱਤ ਸੀਗਾ ਅਤੇ ਜਿਹੜਾ ਇਹਦਾ ਪਤੀ ਪਰਮੇਸ਼ੁਰ ਵੀ ਸੀਗਾ ਉਹ ਵੀ ਇਕੱਲਾ ਘਰਾ ਪੁੱਤ ਸੀਗਾ, ਅਤੇ ਜਿਹੜੀ ਇਹਨਾਂ 'ਚੋਂ ਇੱਕ ਬੱਚੀ ਆ, ਇੱਕ ਬੱਚੀ ਜਿਵੇਂ ਵੀਡੀਓ 'ਚ ਦੱਸਿਆ ਸੀ ਕਿ ਵੀਰੋ ਨਾ ਸੁਣਦੀ ਆ ਨਾ ਬੋਲਦੀ ਆ, ਅਤੇ ਉੱਪਰੋਂ ਵੀਰੋ ਸਿਰ ਦੀ ਜਿਹੜੀ ਛੱਤ ਸੀਗੀ ਉਹ ਵੀ ਮੀਂਹ ਕਣੀ ਦਾ ਆਉਂਦਾ ਕਰਕੇ ਕਾਨਿਆਂ ਦੀ ਛੱਤ ਸੀ ਉਹ ਵੀ ਢਹਿ ਢੇਰੀ ਹੋ ਗਈ। ਬਜ਼ੁਰਗ ਬਾਪੂ ਆ ਸਹੁਰਾ ਸਾਹਿਬ ਭੈਣ ਦਾ, ਇਹ ਵੀ ਵਿਚਾਰਾ ਡਾਂਗ ਨਾਲ ਤੁਰਦਾ, ਚੂਲਿਆਂ ਦੀ ਪ੍ਰੋਬਲਮ ਆ, ਅਤੇ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਵੀਰ ਸੰਗਵਾਂ ਤੋਂ, ਵੀਰ ਆਏ ਆ ਵੀਰ ਜੀ ਹਰਜੀਤ ਸਿੰਘ ਇਟਲੀ ਤੋਂ, ਮੰਗਾ ਵੀਰ ਇਹ ਵੀ ਸਿੰਗਾਪੁਰ ਤੋਂ ਆ, ਵੀਰ ਹਰਪ੍ਰੀਤ ਸਿੰਘ ਖਾਲਸਾ, ਅਤੇ ਨਾਲ ਦੀ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸਿੰਗਾਪੁਰ ਵਾਲੇ ਵੀਰਾਂ ਦਾ, ਵੀਰ ਸਰਮਨ ਸਿੰਘ ਬੂ, ਵੀਰ ਹਰਜਿੰਦਰ ਸਿੰਘ, ਅਤੇ ਹਾਂਜੀ ਇਹ ਸੰਗਵਾਂ ਤੋਂ ਵੀਰ ਸੀਗੇ, ਅਤੇ ਇਹਨਾਂ ਨੇ ਵੀਰੋ ਭੈਣ ਦੀ ਵੀਡੀਓ ਵੇਖੀ ਸੀਗੀ, ਉਹਦੇ ਵਾਸਤੇ ਆਪਣੀਆਂ ਕਿੱਤ ਕਮਾਈਆਂ ਦੇ ਵਿੱਚੋਂ 33,700 ਰੁਪਏ ਦੀ ਦਸਵੰਧ ਭੇਜਿਆ ਸੀਗਾ, ਥੋੜ੍ਹਾ ਬਹੁਤਾ ਟੈਕਸ ਕੱਟ ਕੇ ਜੋ ਬਣਿਆ ਸੀਗਾ ਉਹ 33,700 ਰੁਪਇਆ ਭੈਣ ਨੂੰ ਅੱਜ ਸਾਰੀ ਸੰਗਤ ਦੇ ਸਾਹਮਣੇ ਵੀਰੋ ਸਪੁੱਦ ਕਰਨ ਚੱਲ ਜਾ ਰਿਹਾ, ਅਤੇ ਦੋਵਾਂ ਤਿੰਨਾਂ ਦਿਨਾਂ ਤੱਕ ਮਾਘੀ, ਕੱਲ੍ਹ ਨੂੰ ਮਾਘੀ ਆ, ਪਰਸੋਂ ਇਸ ਭੈਣ ਦੇ ਘਰ ਦੀ ਵੀਰੋ ਆਪਾਂ ਸਾਰੀ ਸ਼ੁਰੂ ਕਰ ਦੇਣੀ ਆ। ਤੋ ਮੈਂ ਸਾਰੇ ਵੀਰਾਂ ਨੂੰ ਇੱਦਾਂ ਬੇਨਤੀ ਕਰਦਾ ਕਿ ਜਿੱਦਾਂ ਵੀਰ ਇਹ ਉਪਰਾਲਾ ਕੀਤਾ ਵਾ ਤੁਸੀਂ ਵੀ ਇਹੋ ਜਿਹੇ ਉਪਰਾਲੇ ਜ਼ਰੂਰ ਕਰੋ, ਤਾਂ ਜੋ ਮੈਂ ਨਹੀਂ ਕਹਿੰਦਾ ਕਿ ਸਾਡੇ ਲਾਗੇ ਕਰੋ ਜਾਂ ਸਾਨੂੰ ਦੇਣਾ ਹੋ, ਤੁਹਾਡੇ ਲਾਗੇ ਵੀ ਜੇਕਰ ਇਹੋ ਜਿਹੀ ਕੋਈ ਲੋੜਵੰਦ ਭੈਣ ਆ ਭਰਾ ਵਾ ਜ਼ਰੂਰ ਆਪਣੀਆਂ ਜਿਹੜੀਆਂ ਖੁਸ਼ੀਆਂ ਵਾ, ਆਪਣੀਆਂ ਲੋਹੜੀਆਂ ਵਾ, ਆਪਣੀਆਂ ਦੀਵਾਲੀਆਂ ਵਾ ਇਹੋ ਜਿਹੀਆਂ ਭੈਣਾਂ ਨਾਲ ਜ਼ਰੂਰ ਮਨਾਓ, ਅਤੇ ਕਿਉਂਕਿ ਇਹੋ ਜਿਹੀਆਂ ਭੈਣਾਂ ਦੀਆਂ ਸੀਸਾਂ ਵੀਰੋ ਵੱਧ 100 ਬਦਦੁਆਵਾਂ ਤੋਂ ਵੀ ਤੁਹਾਨੂੰ ਵੀਰੋ ਪਾਰ ਉਤਾਰਨਗੀਆਂ, ਅਤੇ ਮੈਂ ਧੰਨਵਾਦ ਕਰਦਾ ਵੀਰਾਂ ਦਾ, ਅਤੇ ਭੈਣ ਥੋੜ੍ਹਾ ਜਿਹਾ ਤੂੰ ਕਹਿ ਦਿਓ ਉਹਨਾਂ ਵੀਰਾਂ ਦਾ, ਹੈ ਨਾ। ਹਾਂ ਹੁਣ ਕਾਹਤੋਂ ਰੋਂਦੀ ਆ, ਹੁਣ ਕਾਹਤੋਂ ਰੋਂਦੀ ਆ, ਚੁੱਪ 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 ਚੁੱਪ, ਕੀ ਗੱਲ ਆ, ਕੀ ਗੱਲ ਹੁਣ, ਚੁੱਪ ਚੁੱਪ ਚੁੱਪ, ਮੇਰੀ ਭੈਣ ਆ ਨਾ ਤੂੰ, ਚੁੱਪ ਰੋਣਾ ਨਹੀਂ, ਅੱਜ ਦੀਵਾਲੀ ਆ ਲੋਹੜੀ ਆ ਨਾ, ਹੈ ਨਾ ਵਿਚਾਰ, ਹੈ ਨਾ ਹੋ ਜਾਂਦਾ ਵਿਚਾਰੀ ਇਕੱਲੀ ਕਰੀ ਆ। ਇੱਕ ਤਾਂ ਵੀਰ ਹੁੰਦਾ ਨਾ ਪੇਕਿਆਂ ਦਾ, ਚੱਲ ਬੰਦੇ ਨੂੰ ਸੁੱਖ ਹੁੰਦਾ ਵਾ ਵੀ ਚੱਲ ਮੇਰੇ ਪੇਕੇ ਹੈਗੇ ਆ, ਉਹ ਚਾਰ ਉਹਨਾਂ ਦਾ ਵੀ ਸੌਦਾ ਕਈ ਵਾਰੀ ਆਪਣੇ ਕੋਲ ਜਾਂਦਾ, ਇਹਨਾਂ ਦੁੱਖਾਂ ਦੀ ਮਾਰੀ ਹੁਣ ਉਤੋਂ ਬੱਚੀਆਂ ਨਹੀਂ ਪਹਿਲਾਂ ਹੀ ਤੈਨੂੰ ਖੁਸ਼ ਕਰਨਾ ਹੈ, ਤੈਨੂੰ ਰਵਾਉਣ ਥੋੜੀ ਆਏ ਲੋੜੀ, ਹਾਂ ਲੋੜੀ ਵਾਲ ਦਿਨ ਆਏ ਸਮਝ, ਇਸੇ ਕਰਕੇ ਤੇ ਲੋੜੀ ਤੇ ਆਏ ਨਹੀਂ ਪਹਿਲਾਂ ਵੀ ਆਸ ਪਹਿਲੇ ਪੈਣ ਵੀਰ ਜਿੰਦੇ ਰਹਿਣ, ਹੈ ਨਾ ਸੰਗਤਾਂ ਜਿੰਦੀਆਂ ਰਹਿਣ, ਆਪਾਂ ਤੈਨੂੰ ਚਲੋ ਜਿਹੜਾ ਜਾਣ ਵਾਲਾ ਚਲੇਗਾ ਉਹਦੀ ਤਾਂ ਚਲੋ ਹੁਣ ਕਮੀ ਨਹੀਂ ਪੂਰੀ ਹੋ ਸਕਦੀ, ਪਰ ਆਪਾਂ ਤੇਰੇ ਭਰਾ ਬਣ ਕੇ ਜਿੰਨੀ ਜੋਗੀ ਹੋਵਾਂਗੇ ਆਪਾਂ ਜ਼ਰੂਰ ਕਰਾਂਗੇ। ਅਤੇ ਹੁਣ ਕਾਹਤੋਂ ਰੋਂਦੀ ਆ, ਚੁੱਪ, ਹਾਂ ਚਾਲੀ ਪਿਉਣੀ ਵੀਰਾਂ ਨੂੰ, ਮੈਨੂੰ ਨਾ ਇੱਕ ਮੈਂ ਮਾਫ਼ੀ ਮੰਗਦਾ, ਮੇਰੇ ਆ ਚੇਤਾ ਭੁੱਲ ਗਿਆ ਉਹਦਾ, ਮੈਂ ਲੈ ਕੇ ਆਉਂਦਾ ਫਿਰ, ਬਹਿਜੋ ਯਾਰ ਦੋ ਛੋਟੀ ਪੀ ਲਿਓ, ਤੁਹਾਨੂੰ ਮੈਂ ਘਰ ਵਿਖਾਉਂਦਾ ਤੁਹਾਡਾ ਆਹ ਕਮਰਾ ਦੂਜਾ, ਆਹ ਸੀ ਜੀ ਆਪਾਂ ਵੀਡੀਓ ਪਾਈ ਸੀ, ਆਹ ਕਮਰਾ ਚਾਹੀਦਾ। ਆਹ ਦੂਜਾ ਕਮਰਾ ਇੱਥੇ ਖਲੋ ਕੇ ਵੀਡੀਓ ਪਾਈ ਸੀ ਉਦੋਂ, ਢੱਠਾ ਤਾਂ ਗਰਮੀਆਂ ਦਾ ਢੱਠਾ ਸੀਗਾ, ਅਤੇ ਮੇਰੇ ਕੋਲ ਵੀ ਇੰਨੀ ਗੁਜ਼ ਕਿਉਂਕਿ ਮੈਂ ਵੀਡੀਓ ਪਰਿਵਾਰ ਦੀ ਤਾਂ ਹੀ ਪਾਉਂਦਾ ਨਾ, ਜੇ ਥੋੜ੍ਹੀ ਬੋਲੀ ਮੇਰੇ ਤੋਂ ਗੁਜ਼ਾਇਸ਼ ਹੋਵੇ ਅਤੇ ਮੇਰੇ ਤੋਂ ਵੀ ਉਦੋਂ, ਹਾਂ ਨਹੀਂ ਹੁਣ ਨਹੀਂ ਚਾਹੀਦਾ ਉਹ ਵੀਰਾਂ ਦੇ ਨਾਂ ਲਿਖਣੇ ਸੀਗੇ, ਹਾਂ ਇੱਕ ਆਹ ਕਮਰਾ ਵਾ ਜਿਹੜਾ ਜਿਹਦੇ ਸਾਰੇ ਵਿਚਾਰੀ ਰਹਿਣ ਦੀ ਮਾੜਾ ਮੋਟਾ, ਇਹ ਵੀ ਹਾਂ ਨਾ ਮੋਟਰ ਆ ਵਿਚਾਰੀ ਦੇ, ਠੀਕ ਹੈ ਜੀ, ਬੂਹਾ ਵੀ ਨਹੀਂ ਪਹਿਲਾਂ ਲੱਗਾ ਵਿਚਾਰੀ ਨੇ, ਪਤਾ ਨਹੀਂ ਕਿਸ ਤੋਂ ਮੰਗ ਤੰਗ ਕੇ ਪੈਸੇ ਤੇ ਵਿਚਾਰੀ ਨੇ ਸੈਕਿੰਡ ਹੈਂਡ ਬੂਹਾ ਲੈ ਕਹਿੰਦਾ। ਵਾਹਿਗੁਰੂ, ਬੈਠੋ ਵੀਰ ਜੀ, ਆ ਆ ਪੈਣਾ ਫੜ ਲਾ ਮੋਫਲੀ, ਬਹਿ ਜਾਓ, ਪਾਣੀ ਮੈਨੂੰ ਪਿਆ ਦੇ, ਹਾਂ ਦੁੱਧ ਹੈਗਾ ਵਾ, ਹਾਂ
ਮਿਲ ਗਿਆ ਪਹਿਲਾਂ ਕਾਪੀ ਕਾਪੀ ਜਾਣ ਦੇ ਆਹ ਮੈਂ ਦੁਕਾਨ ਤੋਂ ਲੈ ਕੇ ਆਈ ਹੁਣ ਆਹ ਵੀ ਰਹੋ ਜਿਹੜੀ ਉਹ ਵੀ ਆ ਗਈ ਆ ਮਾਤਾ ਵਾ ਹਾਂ ਮਾਤਾ ਜੀ ਅੱਛਾ ਆ ਵੀ ਆ ਗਈ ਹਮਾਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਵਧੀਆ ਜੀ ਨਾ ਰੋਤੇ ਗੱਡੀ ਬਹਿ ਜਾ ਮਾਤਾ ਕਿਦਾਂ ਮੈਂ ਉਨੀ ਕੁ ਕੱਟ ਲੈਣੀ ਨਾ ਜਿੰਨੀ ਕੁ ਮੈਨੂੰ ਲੋੜ ਆ ਹਾਂ ਉਨੀ ਕੁ ਕੱਟ ਲੈਣੀ ਹੁੰਦੀ ਦਰਜੀ ਵਾਂਗੂ ਭਾਵ ਜਿਹੜੀ ਮੈਨੂੰ ਵਿੱਚੋਂ ਦਿਖੀ ਕਿਉਂਕਿ ਆਪਣੀ ਹੁਣ ਆਪਣਾ ਆਸ਼ਰਮ ਆ ਜਾਂ ਆਪ ਐਨ ਸੇਵਾ ਆਪਣੀ ਕੋਈ ਗੋਲਖ ਨਹੀਂ ਹੈਗੀ ਮੈਂ ਵੀਡੀਓ 'ਚ ਵੀ ਕਹਿੰਦਾ ਹੁੰਦਾ ਕਿ ਕਹਿੰਦੇ ਯਾਰ ਤੁਸੀਂ ਵੀਡੀਓ ਕਿਉਂ ਪਾਉਂਦੇ ਜੀ ਆਪਣੀ ਸੇਵਾ ਹੀ ਆਪਣੀ ਵੀਡੀਓ ਸਿਰ 'ਤੇ ਹੁੰਦੀ ਆ ਮੰਨ ਲਓ ਹੁਣ ਤੁਸੀਂ ਮਿਲੇ ਭੈਣ ਨੂੰ ਸੇਵਾ ਆਈ ਸਿਰਫ ਵੀਡੀਓ ਸਿਰ 'ਤੇ ਮਿਲੇ ਹਾਂ ਇੱਕ ਵਿਖਾਵਾ ਉਹ ਹੁੰਦਾ ਵਾ ਜਿਹਨੇ ਆਪਣੇ ਕੋਲੋਂ ਭੇਜਣੀ ਹੋਵੇ ਹੁਣ ਤੁਸੀਂ ਸਾਰੀ ਸੰਗਤ ਨੇ ਰਲ ਕੇ ਭੇਜੀ ਆ ਤੁਹਾਨੂੰ ਵੀ ਇੱਕ ਪਰੂਫ ਚਾਹੀਦਾ ਅੱਗੇ ਭੇਜਣ ਲਈ ਇੱਕ ਜ਼ਰੀਆ ਹੁੰਦਾ ਇੱਕ ਸਾਡਾ ਗਰੁੱਪ ਹਾਂਜੀ ਸ਼ਹੀਦੀ ਸਮਾਗਮ ਆਵੇ ਅੱਛਾ ਜੀ ਇਹਦੇ ਵਿੱਚ ਇਹ ਇਹਨਾਂ ਦੀ ਵੀਡੀਓ ਇਹਦੇ ਵਿੱਚ ਆਪਣੇ ਆਵੇ ਸਾਰੇ ਵੀਰ ਆ ਹਾਂਜੀ ਇਹ ਆਪਣੀ ਵੀਡੀਓ ਚੈਨਲ ਵਾਲੇ ਵੀ ਪਾਉਣਗੇ ਅੱਜ ਵਾਲੀ ਜਿਹੜੀ ਵੀਡੀਓ ਨਾ 82 ਹੋਰ ਆ 100